ਕਹਿਣ ਨੂੰ ਚੰਸਲ ਪਾਸ ਇੱਥੋਂ 37 ਕਿਲੋਮੀਟਰ ਆ, ਪਰ 2 ਘੰਟੇ ਦੀ ਆਫ ਰੋਡਿੰਗ ਆ, 2 ਘੰਟੇ ਜਾਣਾ ਤੇ 2 ਘੰਟੇ ਆਉਣਾ। ਨੋ ਨੀਚੇ ਨੀਚੇ ਸੇਬ ਲੱਗੇ ਹੋਏ ਨੇ, ਆਹ ਵਾਲੇ ਵੀ ਸੇਬ ਹੀ ਨੇ, ਇੱਥੇ ਥੱਲੇ ਝਾਕੂੰਗੇ, ਇੱਧਰ ਵੀ ਸੇਬ ਨੇ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਬੋਨਜੂਰ ਫ੍ਰੈਂਚ ਵਾਲਾ, ਫ੍ਰੈਂਚ ਵਾਲੀ ਸਤਿ ਸ੍ਰੀ ਅਕਾਲ। ਤੇ ਮੈਂ ਉੱਠ ਗਈ, 6:30 ਵਜੇ ਉੱਠੀ ਸੀ, ਉੱਠ ਕੇ ਮੇਕਅਪ ਕਰ ਲਿਆ 1.5 ਕਿਲੋ, ਹਾਂ ਵਧੀਆ ਲੱਗਦਾ। ਤੇ ਹੁਣ ਇੱਥੋਂ ਨਿਕਲਣਾ, ਨਦੀ ਹਲੇ ਵੀ ਚੱਲਦੀ ਆ, ਰੁਕੀ ਨਹੀਂ ਹੈਗੀ। ਤੇ ਰੋੜੂ ਇਜ਼ ਬੇਸਿਕਲੀ ਸਿਟੀ ਨੋਨ ਫੋਰ ਮਾਰਕੀਟ ਆਫ ਕੀ ਕਹਿੰਦੇ ਆ ਆਪਣਾ ਸੇਬ, ਉਸ ਤੋਂ ਜ਼ਿਆਦਾ ਹੋਰ ਕੁਛ ਵੀ ਨਹੀਂ ਆ। ਠੀਕ ਹੈ, ਤੁਹਾਨੂੰ ਸੇਬ ਹੀ ਮਿਲਣਗੇ ਇੱਥੇ, ਸੇਬਾਂ ਦੀ ਮੰਡੀ ਆ ਬੇਸਿਕਲੀ। ਤੇ ਚੰਬਾ ਉਹ ਜਿਹੜਾ ਇਹਨਾਂ ਦਾ ਡਾਲੀਆ ਫੁੱਲ ਹੈ, ਉਹ ਅਜੀਬ ਜਿਹਾ ਕੀ ਕਹਿੰਦੇ ਆਪਣਾ ਨੇਪਾਲ ਦਾ ਨੈਸ਼ਨਲ ਫਲਾਰ ਆ, ਉਹ ਮੈਨੂੰ ਨਾਮ ਨਹੀਂ ਯਾਦ ਉਹਦਾ, ਤੇ ਉਹਦੇ ਵਾਸਤੇ ਨੋਨ ਆ। ਤੇ ਬਹੁਤ ਸੋਹਣਾ ਮੌਸਮ ਹੈ, ਆਈ ਥਿੰਕ ਅੱਜ ਬਹੁਤ ਹੈਵੀ ਰੇਨ ਹੋਊਗੀ, ਆਈ ਥਿੰਕ। ਤੇ ਉੱਤੇ ਉਹ ਧੁੰਦ ਜਿਹੀ ਬੱਦਲ ਜਿਹੇ ਉੱਠਦੇ ਨੇ, ਸੋਹਣੇ ਲੱਗਦੇ ਆ, ਮਾਹੌਲ ਵਧੀਆ ਇੱਥੇ। ਹੁਣ ਰੋਟੀ ਰੁਟੀ ਦਾ ਪ੍ਰੋਗਰਾਮ, ਆਈ ਡੋਂਟ ਨੋ, ਦੇ ਵਰ ਸੇਇੰਗ ਕਿ ਆਪਾਂ ਤੁਹਾਡੀ ਅਮਾਊਂਟ ਦੇ ਵਿੱਚ ਇਨਕਲੂਡ ਕਰ ਦਾਂਗੇ, ਦੇਣਗੇ ਕਿ ਨਹੀਂ ਦੇਣਗੇ ਉਹ ਨਹੀਂ ਮੈਨੂੰ ਪਤਾ, ਬਟ ਮੈਂ ਜਲਦੀ ਨਿਕਲਣਾ, ਮਿਲ ਗਈ ਤਾਂ ਠੀਕ ਹੈ, ਨਹੀਂ ਮਿਲੀ ਤਾਂ ਆਪਾਂ ਤਿੱਤਰ ਤੇ ਜਾਂਦੇ ਨਾ, ਸ਼ਾਇਦ ਸੇਬਾਂ ਦੀ ਪੇਟੀ ਲੈ ਲਈਏ, ਸ਼ਾਇਦ, ਪੱਕਾ ਪੁੱਕਾ ਨਹੀਂ ਪਤਾ, ਮੌਕੇ ਤੇ ਚੌਕਾ ਲੱਗ ਗਿਆ ਤਾਂ ਠੀਕ ਹੈ, ਨਹੀਂ ਤਾਂ ਅਸੀਂ ਚਲੋ ਅੱਗੇ ਵੱਧਦੇ ਹਾਂ ਜੀ। ਫਿਰ ਪ੍ਰੋਪਰਟੀ ਬਹੁਤ ਸੋਹਣੀ ਆ, ਝੂਲੇ ਲੱਗੇ ਹੋਏ ਆ, ਦਰਖਤ ਸੋਹਣੇ ਲੱਗੇ ਹੋਏ ਨੇ, ਰੁੱਖ ਸੋਹਣੇ ਲੱਗੇ ਹੋਏ ਨੇ, ਸਿਟਿੰਗ ਏਰੀਆ ਆ, ਆ ਇਹਨਾਂ ਨੇ ਹਾਊਸਿਸ ਬਣਾਏ ਹੋਏ ਨੇ ਰਹਿਣ ਨੂੰ। ਤੇ ਇਹ ਚਾਂਸਲ ਪਾਸ ਤੋਂ ਪਹਿਲਾਂ ਆਉਂਦਾ, ਚਾਂਸਲ ਪਾਸ ਇੱਥੋਂ 37 ਕਿਲੋਮੀਟਰ ਆ, ਕਹਿਣ ਨੂੰ ਚਾਂਸਲ ਪਾਸ ਇੱਥੋਂ 37 ਕਿਲੋਮੀਟਰ ਆ, ਪਰ 2 ਘੰਟੇ ਦੀ ਆਫ ਰੋਡਿੰਗ ਆ, 2 ਘੰਟੇ ਜਾਣਾ ਤੇ 2 ਘੰਟੇ ਆਉਣਾ, ਤੇ ਹੱਡੀਆਂ ਤੜਵਾਉਣਾ ਵਾਲਾ ਕੰਮ। ਤੇ ਪਹਿਲਾਂ ਹੀ ਆਪਣੀ ਸਟੇਅ ਬੁੱਕ ਕਰਕੇ ਰੱਖੋ ਜੇ ਕਿਸੇ ਨੇ ਆਫ ਰੋਡਿੰਗ ਕਰਨੀ, ਬਟ ਦੈਟਸ ਅ ਵੈਰੀ ਗੁੱਡ ਵਨ। ਤੇ ਪਤਾ ਨਹੀਂ ਮੇਰੀ ਆਫ ਰੋਡਿੰਗ ਕਦੋਂ ਹੋਊਗੀ, ਹਰ ਵਾਰ ਮੀਂਹ ਢੇਰੀ ਲਾ ਕੇ ਬਹਿ ਜਾਂਦਾ, ਨਹਿਰ ਬਹੁਤ ਸੋਹਣੀ ਲੱਗਦੀ ਆ। ਤੇ ਇਹ ਲੋਕ ਨਹਿਰ ਦਾ ਪਾਣੀ ਇਸਤੇਮਾਲ ਕਰਦੇ ਨੇ, ਆ ਇਹਨਾਂ ਨੇ ਪੂਲ ਬਣਾਇਆ ਇਹਨੂੰ ਫਿੱਲ ਕਰਨ ਲਈ, ਕਿਆ ਪੱਥਰਾਂ ਦੇ ਇਹਨਾਂ ਨੇ ਨਾ ਡਿਜ਼ਾਇਨ ਬਣਾਏ ਹੋਏ ਨੇ, ਉੱਥੇ ਮਗਰਮੱਛ ਬਣਾਇਆ, ਇੱਥੇ ਆ ਹੈਲੋਵੀਨ ਵਾਲਾ ਬਾਊ ਜਿਹਾ ਬਣਾਇਆ, ਰੁੱਖ ਬਣਾਏ ਹੋਏ ਨੇ ਉੱਥੇ, ਤੇ ਉਹ ਉੱਥੇ ਇਹਨਾਂ ਨੇ ਇੱਕ ਸ਼ਿਵਜੀ ਮਹਾਰਾਜ ਬਣਾਏ ਨੇ। ਤੇ ਕਾਰਾਂ ਖੜੀਆਂ ਨੇ, ਰਾਤੀ ਬਹੁਤ ਆ ਗਈਆਂ, ਇਹਨਾਂ ਦਾ ਕੁਛ ਸਟੇ ਵੇ ਦੇ ਲਈ। ਆਮਲੇਟ ਲੈਣਾ, ਤੇਰੀ ਬਾਕੀ ਦੀਆਂ ਭੈਣਾਂ ਕਿੱਥੇ ਆ, ਹੈਂ ਕੁਕਲੂ, ਮੇਰਾ ਐਕਚੁਅਲੀ ਆਮਲੇਟ ਆ ਗਿਆ, ਮੇਰੀ ਚਾਹ ਵੀ ਆ ਗਈ, ਪਰ ਮੇਰੇ ਨਾਲ ਨਾਲ ਆ ਮਿਊ ਵੀ ਬੈਠਾ ਇੱਥੇ, ਇਹਨੇ ਵੀ ਖਾਣਾ ਆਮਲੇਟ, ਇਹਨੂੰ ਆਮਲੇਟ ਦੇ ਪੀਸ ਦੇ ਜਾਣਗੇ, ਮੈਂ ਕਰਕੇ ਲੈ ਰਹੀ ਆ ਗੁੱਡੂ ਦੀ ਤਰ੍ਹਾਂ, ਨਹੀਂ ਸੋਫਟ ਸੋਫਟ ਆਊ ਦੋ, ਆਪਾਂ ਹੁਣ ਰੋਟੀ ਖਾਊਂਗੇ ਤੇ ਨਿਕਲੂਂਗੇ ਹੁਣ ਇੱਥੋਂ। ਨੋ ਨੀਚੇ 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 ਉਤਰੋ। ਚਿੰਬੜੇ ਹੋਏ ਨੇ ਪਹਾੜਾਂ ਨੂੰ, ਤੇ 2 ਸੜਕਾਂ ਵਿਜੀਬਲ ਨੇ, ਥੋੜੀਆਂ ਜਿਹੀਆਂ ਕਾਰਾਂ ਆ ਰਹੀਆਂ ਨੇ, ਮਤਲਬ ਟ੍ਰੈਫਿਕ ਨਹੀਂ ਹੈਗਾ ਇੰਨਾ ਕੁਛ ਖਾਸ ਇੱਥੇ। ਤੇ
ਇਹ ਇਲਾਕਾ ਬੇਸਿਕਲੀ ਜਿੰਨਾ ਮੈਂ ਨੋਟਿਸ ਕੀਤਾ ਸੇਬਾਂ ਲਈ ਹੈ। ਰੋੜੂ ਸ਼ਹਿਰ ਜਿਹੜਾ ਸੀਗਾ ਛੋਟਾ ਹੈ, ਬਹੁਤ ਛੋਟਾ ਹੈ, ਉੱਥੇ ਸਿਰਫ ਤੁਹਾਨੂੰ ਮੰਡੀ ਮਿਲੂਗੀ, ਮਤਲਬ ਮੰਡੀ ਹੈ ਬੇਸਿਕਲੀ ਉੱਥੇ, ਜਾਂ ਤਾਂ ਟਰੱਕ ਖੜ੍ਹੇ ਨੇ ਜਾਂ ਟਾਟਾ 407 ਖੜ੍ਹੀ ਹੈ, ਅਤੇ ਰਿਪੇਅਰ ਦੀਆਂ ਦੁਕਾਨਾਂ ਬਹੁਤ ਜ਼ਿਆਦਾ ਨੇ ਉੱਥੇ। ਸੋ ਯੂ ਡੋਂਟ ਹੈਵ ਟੂ ਬੋਦਰ ਕਿ ਕਾਰ ਖਰਾਬ ਹੋ ਗਈ ਐਂਡ ਆਲ ਦੈਟ ਸਟੱਫ। ਸਾਰੇ ਪਾਸੇ ਇੱਥੇ ਐਵੇਂ ਦਾ ਹੈਗਾ, ਤੁਹਾਨੂੰ ਦੇਖਣ ਨੂੰ ਮਿਲਣਗੇ ਇੱਥੇ ਆਪਣਾ ਆਹ ਸੇਬਾਂ ਦੀਆਂ। ਆਹ ਰਾਈਟ ਸਾਈਡ 'ਤੇ ਇੱਧਰ ਸੇਬ ਹੀ ਸੇਬ ਲੱਗੇ ਹੋਏ ਨੇ, ਆਹ ਵਾਲੇ ਵੀ ਸੇਬ ਹੀ ਨੇ, ਇੱਥੇ ਥੱਲੇ ਝਾਕੂੰਗੇ ਇੱਧਰ ਵੀ ਸੇਬ ਨੇ, ਆਹ ਸੇਬ ਲੱਗੇ ਹੋਏ ਨੇ ਇੱਥੇ। ਕਹਿ ਰਹੇ ਨੇ ਲੋਕ ਕਿ ਗਲੋਬਲ ਵਾਰਮਿੰਗ ਦਾ ਇੰਨਾ ਇੱਕ ਇਫੈਕਟ ਹੋਇਆ ਕਿ ਐਤਕੀ ਇੱਕ ਮਹੀਨਾ ਪਹਿਲਾਂ ਇਹਨਾਂ ਦਾ ਸੇਬ ਉਤਰ ਗਿਆ, ਮਤਲਬ ਨੋਰਮਲੀ ਸੇਬ ਇੱਕ ਮਹੀਨਾ ਲੇਟ ਉਤਰਦੇ ਪਰ ਐਤਕੀ ਦੇ ਸਾਲ ਸੇਬ ਇੱਕ ਮਹੀਨਾ ਪਹਿਲਾਂ ਆਇਆ। ਚਲੋ ਵਟਸ ਐਵਰ ਵੀ ਕੈਨ ਸੇ ਫੋਰ ਦੈਟ। ਮੈਂ ਰੁਕ ਗਈ ਇੱਥੇ ਗੁਰਦੁਆਰਾ ਬੜੂ ਸਾਹਿਬ, ਇੱਥੋਂ 43 ਕਿਲੋਮੀਟਰ ਦੂਰ ਆ। ਗੁਰਦੁਆਰਾ ਸਾਹਿਬ ਤਾਂ ਨਹੀਂ ਜਾਣਾ, ਪਾਪੀ ਇਨਸਾਨ ਮੈਂ, ਹਜੇ ਮੇਰੇ ਕਰਮਾਂ 'ਚ ਹੈ ਨਹੀਂ ਜਾਣਾ, ਪਰ ਉੱਦਾਂ ਗਿਰੀ ਗੰਗਾ ਰਿਵਰ ਇਹ ਨਦੀ, ਅਤੇ ਚਾਹ ਪੀਣੀ ਹੈ ਅਤੇ ਹਿਮਾਚਲ ਦੀ ਫੇਮਸ ਕੀ ਕਹਿੰਦੇ ਹੁੰਦੇ ਆ ਬਰਫੀ ਹੈ ਇੱਕ, ਜਿਹੜੀ ਮੈਂ ਕਹਿੰਦੀ ਵੀ ਹੁੰਦੀ ਹਾਂ ਕਿ ਜੇ ਕਦੇ ਆਓ ਤੁਸੀਂ ਤਾਂ ਲਓ, ਤੂੰ ਪਾ ਲੈ ਰੌਲਾ। ਹਾਂ ਮੈਂ ਕਹਿ ਰਹੀ ਸੀਗੀ ਕਿ ਹਿਮਾਚਲ ਦੀ ਫੇਮਸ ਬਰਫੀ ਹੈ, ਕਿਹੜੀ ਬਰਫੀ ਹੈ, ਬੇਸਣ ਬਰਫੀ, ਅਤੇ ਉਹਦੇ 'ਚ ਨਾ ਜ਼ਿਆਦਾ ਮਿੱਠਾ ਹੁੰਦਾ ਨਾ ਉਹ ਜ਼ਿਆਦਾ ਹੈਵੀ ਹੁੰਦੀ ਹੈ, ਅਤੇ ਉਹਦੇ ਨਾਲ ਇੱਕ ਚਾਹ ਦਾ ਪੈਗ ਇਹ ਪੀ ਕੇ ਆਪਾਂ ਆਪਣੇ ਰਾਹ ਨੂੰ ਫਿਰ ਤੁਰਦੇ ਹੋ ਜਾਣਾ।